ਇਹ ਜੀ ਮੌਜੂਦ ਹਾਂ ਇਸਲਾਮਾਬਾਦ ਸੰਟੋਰਸ ਮਾਲ 'ਚ, ਔਰ ਇੱਥੇ ਜਨਾਬ ਵੜਨ ਵਾਸਤੇ 300 ਰੁਪਈਏ ਲੈਂਦੇ ਨੇ, ਲੇਕਿਨ ਅਗਰ ਨਾਲ ਤੁਹਾਡੇ ਫੈਮਿਲੀ ਹੋਵੇ ਤਾਂ ਫਿਰ ਵੀ ਕੋਈ ਨਹੀਂ ਜੇ ਲੈਂਦੇ, ਲੇਕਿਨ ਅਗਰ ਤੁਸੀਂ ਡਰੈਸਿੰਗ ਨਾਲ VIP ਕੀਤੀ ਹੋਵੇ ਤਾਂ ਫਿਰ ਵੀ ਨਹੀਂ ਜੇ ਲੈਂਦੇ। ਇਹ ਹੁਣ ਅਸੀਂ 4 ਬੰਦੇ ਸਾਂ ਅਤੇ ਆਹ 300-300 ਰੁਪਈਆ ਦੇ ਗਏ, ਯਾਨੀ 1200 ਦੀਆਂ 4 ਟਿਕਟਾਂ ਲਈਆਂ ਨੇ, ਅਤੇ ਅਸੀਂ ਜਨਾਬ ਅੰਦਰ ਆ ਗਏ ਹਾਂ। ਔਰ ਇਹ ਗਰਾਊਂਡ ਫਲੋਰ ਹੈ, ਇੱਥੋਂ ਜਨਾਬ ਅਸੀਂ ਉੱਤੇ ਜਾਂਦੇ ਹਾਂ, ਪੌੜੀਆਂ ਰਾਹ ਹੈ, ਵੈਸੇ ਇੱਥੇ ਲਿਫਟ ਵੀ ਲੱਗੀ ਹੈ ਅਤੇ ਇੱਧਰ ਹੈ ਵੀ ਪੌੜੀਆਂ ਵੀ ਨੇ, ਅਤੇ ਅਸੀਂ ਜਨਾਬ ਇੱਧਰ ਪੌੜੀਆਂ ਰਾਹ ਜਾਂਦੇ ਹਾਂ। ਇਹ ਜੀ ਸਭ ਤੋਂ ਉੱਤੇ ਆ ਗਏ ਹਾਂ, ਔਰ ਇੱਥੇ ਜਨਾਬ ਉਹਨਾਂ ਬੱਚਿਆਂ ਵਾਸਤੇ ਇੱਕ ਸਾਈਡ 'ਤੇ ਗੇਮਾਂ ਸ਼ੇਮਾਂ, ਜਾਂ ਸਾਰੀ ਗੱਲ ਹੈ ਵਾਲਦੈਨ ਜਿਹੜੇ ਆਉਂਦੇ ਨੇ, ਉਹਨਾਂ ਨਾਲ ਬੱਚੇ ਹੁੰਦੇ ਨੇ ਅਤੇ ਬੱਚਿਆਂ ਨੂੰ ਇੱਧਰ ਵਾਲ ਛੱਡਦੇ ਨੇ, ਆਪ ਹੀ ਇੱਧਰ ਹੋਟਲਾਂ ਦੇ ਆਪਣਾ ਫਾਸਟ ਫੂਡ ਵਗੈਰਾ ਖਾਂਦੇ ਪੀਂਦੇ ਨੇ, ਐਸ਼ੀ ਕਰਦੇ ਨੇ, ਜਿਹਨਾਂ ਸ਼ਾਪਿੰਗ ਕਰਨੀ ਹੁੰਦੀ ਸ਼ਾਪਿੰਗ ਵਗੈਰਾ ਕਰਦੇ। ਔਰ ਇੱਥੇ ਜਿੱਥੇ ਹੋਟਲਾਂ ਦਾ ਵਗੈਰਾ ਦਾ ਏਰੀਆ ਨਾ, ਇੱਥੇ ਬੜਾ ਪਿਆਰਾ ਇੱਕ ਮੈਸੇਜ ਲਿਖਿਆ ਇਹਨਾਂ ਕਿ ਜਨਾਬ ਅਗਰ ਖਾਣਾ ਉਹਨਾਂ ਆਰਡਰ ਕਰੋ ਜਿੰਨਾ ਖਾ ਸਕਦੇ ਹੋ, ਗੈਰ ਜ਼ਰੂਰੀ ਖਾਣਾ ਨਾ ਆਰਡਰ ਕਰੋ। ਇਸ ਦੇ ਬਾਵਜੂਦ ਇੱਕ ਦੋ ਜਗ੍ਹਾ 'ਤੇ ਵੇਖਿਆ ਕਿ ਲੋਕਾਂ ਜਨਾਬ ਗੈਰ ਜ਼ਰੂਰੀ ਖਾਣਾ ਮੰਗਵਾ ਕੇ ਥੋੜ੍ਹਾ ਬੜਾ ਖਾਧਾ ਅਤੇ ਨਿਕਲ ਗਏ ਨੇ, ਅਤੇ ਟੇਬਲਾਂ 'ਤੇ ਪਿਆ ਵੇਖਿਆ ਵੇ, ਬਾਕੀ ਇਹ ਜਨਾਬ ਇੱਥੇ ਸਾਰੇ ਸਾਰੇ ਫਾਸਟ ਫੂਡ ਹੋਟਲ ਹੀ ਨੇ, ਬਾਕੀ ਇੱਥੇ ਸਾਨੂੰ ਵੀ ਭੁੱਖ ਲੱਗ ਗਈ ਹੈ ਅਤੇ ਅਸੀਂ ਵੀ ਆਖਿਆ ਕੁਝ ਖਾ ਲਈਏ, ਅਤੇ ਤੂੰ ਆਰਡਰ ਕੀਤਾ ਅਤੇ ਇਹਨਾਂ ਜਨਾਬ ਇਹ ਆਰਡਰ ਲਿਆ ਹੋਵੇ, ਅਤੇ ਜਿਹੜੀ 200 ਰੁਪਈਏ ਦੀ ਬਾਹਰ ਬੋਤਲ ਲੱਭਦੀ ਇੱਥੇ 300 ਦੀ ਦਿੱਤੀ ਹੈ, 1360 ਦਾ ਸਮਾਨ ਲਿਆ, ਔਰ 259 ਰੁਪਈਏ ਟੈਕਸ ਸੀ ਜਨਾਬ ਇਹਦੇ 'ਤੇ ਜਿਹੜਾ ਹਾਂ ਖਾਣਾ ਲਿਆ। ਬਾਕੀ ਜਨਾਬ ਟੋਟਲ 1900 ਰੁਪਈਆ ਸੀ, ਔਰ 1900 ਰੁਪਈਏ 'ਚ ਇਹ ਸਾਨੂੰ ਖਾਣਾ ਲੱਭਿਆ, ਔਰ ਮੇਰੇ ਖਿਆਲ ਨਾਲ 1900 ਰੁਪਈਏ 'ਚ ਕੋਈ ਮਹਿੰਗਾ ਨਹੀਂ ਲੱਗਦਾ ਪਿਆ। ਕਿ ਮੈਂ ਸੋਚਿਆ ਕਿ ਇੱਥੇ ਕਾਰੋਬਾਰੀ ਲੈਣ ਚੈੱਕ ਕਰਾਂ ਕਿ ਇੱਥੇ ਦੁਕਾਨਾਂ ਵਗੈਰਾ ਦਾ ਰੈਂਟ ਕਿੰਨੇ ਦੇ, ਇਹ ਦੁਕਾਨ ਵਾਲੇ ਨੂੰ ਪੁੱਛਿਆ ਛੋਟਾ ਜਿਹਾ ਸਟਾਲ ਜਿਹਾ ਲਾਇਆ, ਇਹਨੂੰ ਪੁੱਛਿਆ ਤੇਰਾ ਰੈਂਟ ਕਿੰਨਾ, ਤਾਂ ਭਾਈ 3.5 ਲੱਖ ਰੁਪਈਆ ਮੇਰਾ ਰੈਂਟ ਹੈ, ਇਹ ਤੇਰਾ ਜਨਾਬ ਮਸਾਜ ਮਸੂਜ ਵਗੈਰਾ ਕਰਾਉਂਦੇ ਨੇ ਪਏ। ਅੰਬ ਵੇਚਦੇ ਹੋ ਪਏ ਤਾਂ ਕਿੰਨੇ ਦੀ ਆਏ ਵੇ ਪੇਟੀ? ਇੱਕ 1500 ਦੀ ਇੱਕ ਪੇਟੀ, ਅਤੇ ਕਿੰਨੇ ਅੰਬ ਨੇ ਪੇਟੀ 'ਚ? 5 ਕਿਲੋ। ਇਹ ਸਟਾਲ ਲੈਂਦੇ ਤਾਂ ਪੈਸੇ ਲਾਜ਼ਮ ਲਏ ਹੋਣੇ ਨੇ। ਅੱਛਾ, ਕਿੰਨਾ ਕਿੰਨਾ ਕੋਈ ਸਟਾਲ ਲਾਉਣ ਦਾ ਪੈਸੇ? 4 ਲੱਖ ਇਹ ਸਟਾਲ ਲਾਉਣ ਦਾ ਤੁਹਾਡਾ ਭਲਾ ਹੋ ਜੇ। ਇਹ ਭਾਈ ਯਾਰਾਂ ਤੋਂ ਸੁਣਿਆ, ਦੱਸਦੇ ਨੇ ਕਿ ਛੋਟਾ ਜਿਹਾ ਸਟਾਲ ਇਹਨਾਂ ਲਾਇਆ, ਜਾਂਦੇ ਨੇ ਕਿ 4 ਲੱਖ ਰੁਪਈਆ ਦਿੰਦੇ ਹਾਂ, ਅਤੇ ਬਾਕੀ ਇਹ ਜਨਾਬ ਇੱਥੇ ਰਸ਼ ਬਹੁਤ ਜ਼ਿਆਦਾ ਹੁੰਦਾ, ਅਤੇ ਮੇਰਾ ਖਿਆਲ ਇਹਨਾਂ ਦੀ ਸੇਲਸ ਵਗੈਰਾ ਇਸ ਤੋਂ ਮਿਲਦੀ, ਇਹਨਾਂ ਨੂੰ ਜ਼ਿਆਦਾ ਕਸਟਮਰ ਇੱਥੇ ਮਿਲਦਾ, ਤਾਂ ਕਰਕੇ ਸ਼ਾਇਦ ਇਹਨਾਂ ਦੀਆਂ ਵਗੈਰਾ ਰੈਂਟ ਵਗੈਰਾ ਦੇ ਲੈ ਪਾਉਂਦੇ ਨੇ। ਬਾਕੀ ਇੱਕ ਵੱਡੇ ਹੋਟਲ ਵਾਲਿਆਂ ਨੂੰ ਪੁੱਛਿਆ ਸੀ ਕਿ ਬ੍ਰਾਂਡ ਹੋਟਲ ਨੂੰ, ਉਹਨੇ ਪੁੱਛਿਆ ਕਿ ਤੁਹਾਡਾ ਕਿੰਨਾ ਰੈਂਟ ਹੋ ਆਉਂਦਾ, ਕਿ 18-20 ਲੱਖ ਰੁਪਈਆ ਸਾਡਾ ਵੀ ਰੈਂਟ ਹੁੰਦਾ ਵੇ। ਬਹਰ ਜਨਾਬ ਇਹ ਸੰਟੋਰਸ ਮਾਲ ਸੀ, ਹੁਣ ਬਸ ਇੰਨਾ ਹੀ, ਆਪਣਾ ਅਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਿਆ ਜੀ, ਦੁਆਵਾਂ ਵਿੱਚ ਆਪਣੇ ਭਰਾ ਨੂੰ ਯਾਦ ਰੱਖਿਆ ਜੀ, ਅੱਲਾ ਹਾਫਿਜ਼।